ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅੱਜ ਅਸੀਂ ਕਾਫ਼ੀ ਦਿਨ ਹੋ ਗਏ ਲਾਈਵ ਕੀਤਿਆਂ ਨੂੰ, ਅਤੇ ਅਸੀਂ ਸੋਚਿਆ ਵੀ ਅਸੀਂ ਮਾੜੀ ਜਿਹਾ ਅੱਜ ਅਪਡੇਟ ਕਰ ਦੇਈਏ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ। ਅਤੇ ਪਹਿਲਾਂ ਤਾਂ ਅਸੀਂ ਹਰ ਵਾਰੀ ਧੰਨਵਾਦ ਕਰਦੇ ਹਾਂ ਸਾਰੀਆਂ ਟੀਮਾਂ ਦਾ, ਸਾਰੇ ਸੇਵਾਦਾਰਾਂ ਦਾ, ਅਤੇ ਕਿਸਾਨ ਯੂਨੀਅਨ ਅਤੇ ਹੋਰ ਵੀ ਲੀਡਰਸ਼ਿਪ ਜਿਹੜੇ ਇਸ ਵੇਲੇ ਮੋਹਰੇ ਹੋਏ ਵਾ ਉਹਨਾਂ ਸਾਰਿਆਂ ਦਾ, ਭਈ ਜੋ ਤੁਸੀਂ ਅੰਦੋਲਨ 'ਤੇ ਕਰ ਰਹੇ ਹਾਂ। ਸੋ ਮੈਂ ਵੀ ਘੜੀ ਘੜੀ ਲਾਈਵ ਕਰਨਾ ਚਾਹੁੰਦਾ ਅੱਜ ਕੱਲ੍ਹ, ਕਿਉਂਕਿ ਨਹੀਂ ਭਈ ਹਰ ਰੋਜ਼ ਹੀ ਐਵੇਂ ਬਸ ਜਿਹੜੀਆਂ ਗੱਲਾਂ ਪਹਿਲਾਂ ਉਹ ਰਿਪੀਟ ਕਰੀ ਜਾਈਏ। ਅਤੇ ਹੁਣ ਵੀ ਮੈਂ ਦੇਖਿਆ ਸੀਗਾ ਭਈ ਕਿਸਾਨਾਂ ਦੀਆਂ ਮੀਟਿੰਗਾਂ ਹੁਣ ਹੋਈਆਂ, ਅੱਜ ਵੀ ਗੌਰਮੈਂਟ ਦੇ ਨਾਲ, ਅਤੇ ਕੁਛ ਉੱਥੇ ਹੀ ਪੁਆਇੰਟਸ ਰਹਿ ਗਏ ਜਿਹੜੇ ਕਰਨੇ ਚਾਹੀਦੇ ਸੀਗੇ। ਸੋ ਪਹਿਲਾਂ ਅਸੀਂ ਦੋ ਤਿੰਨ ਗੱਲਾਂ ਕਰਦੇ ਹੋਰ। ਤਾਂ ਪਹਿਲਾਂ ਜਿਹੜੀ ਨੋਬੈਲ ਪੀਸ ਪ੍ਰਾਈਜ਼ ਜਿਹੜੀ ਨੋਮੀਨੇਸ਼ਨ ਹੋਈ ਆ ਖਾਲਸਾ ਏਡ ਨੂੰ, ਜਿਹੜੇ ਸਾਡੇ ਭਈ ਤੁਸੀਂ ਸੰਗਤ ਸਾਹਿਬ ਜਿਹੜੇ ਵੀ ਸਾਰੇ ਪਤਾ ਭਈ ਨੋਬੈਲ ਪੀਸ ਪ੍ਰਾਈਜ਼ ਇੱਕ ਬਹੁਤ ਵੱਡਾ ਪੀਸ ਪ੍ਰਾਈਜ਼ ਆ ਦੁਨੀਆਂ ਦੇ ਵਿੱਚ, ਜਿਹੜੇ ਭਈ ਉਹਨਾਂ ਨੂੰ ਔਰਗਨਾਈਜੇਸ਼ਨ ਜਾਂ ਇੱਕ ਇੰਡੀਵਿਜੁਅਲ ਦਿੱਤੀ ਜਾਂਦੀ ਆ, ਜਿਹੜੇ ਭਈ ਕਾਫ਼ੀ ਦੁਨੀਆਂ 'ਚ ਕੋਈ ਚੇਂਜਸ ਲਿਆਉਂਦੇ ਆ ਜਾਂ ਪੋਜ਼ੀਟਿਵ ਚੇਂਜਸ ਲਿਆਉਂਦੇ। ਸੋ ਖਾਲਸਾ ਏਡ ਨੇ 21 ਸਾਲ ਦੇ ਵਿੱਚ ਬਹੁਤ ਹੀ ਪਿਆਰ ਸਤਿਕਾਰ, ਹੁਣ ਦੇਖੋ ਖਾਲਸਾ ਏਡ ਦੀਆਂ ਟੀਮਾਂ ਸਾਰੇ ਪਾਸੇ ਅਮਰੀਕਾ, ਕਨੇਡਾ, ਆਸਟ੍ਰੇਲੀਆ, UK ਅਤੇ ਇੰਡੀਆ ਵਿੱਚ ਵੀ ਜਿਹੜੇ ਭੇਜੜੇ ਉਹ ਖਾਲਸਾ ਏਡ ਨਾਲ, ਉਹ ਜਿਹੜਾ 21 ਸਾਲ ਦੀ ਸੇਵਾ ਦੇਖ ਕੇ, 21 ਸਾਲ ਦਾ ਪਿਆਰ ਦੇਖ ਕੇ ਉਹ ਨਾਲ ਜੁੜ ਰਹੇ ਆ, ਅਤੇ ਕਾਫ਼ੀ ਪਿਆਰ ਆ ਸੰਗਤ ਦਾ ਖਾਲਸਾ ਏਡ ਨਾਲ। ਅਤੇ 21 ਸਾਲ ਦੇ ਵਿੱਚ ਬਹੁਤ ਹੀ ਪੋਜ਼ੀਟਿਵ ਚੇਂਜ ਆਏ ਆ ਵੀ ਅਸੀਂ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਇਨਸਾਨੀਅਤ ਦੇ ਨਾਲ, ਪਿਆਰ ਨਾਲ ਅਤੇ ਜੁੜ ਕੇ ਕਾਫ਼ੀ ਜਿੱਦਾਂ ਆਪਣੇ ਪੰਜਾਬ ਹੋਵੇ ਜਾਂ ਹੋਰ ਵੀ ਮਿਡਲ ਈਸਟ ਹੋਵੇ ਜਾਂ ਅਫਰੀਕਾ ਹੋਵੇ ਉੱਥੇ ਸੇਵਾ ਚੱਲਦੀਆਂ, ਅਤੇ ਇੱਕ ਬਹੁਤ ਵੱਡਾ ਡਿਫਰੈਂਸ ਕਰ ਰਹੇ ਆ ਉਹ ਦੇਖ ਕੇ। ਜਿਹੜੇ ਭਾਈ ਕੈਨੇਡਾ ਦੇ MP ਆ ਉਹਨਾਂ ਨੇ, ਅਤੇ ਮੁੱਪੜ ਹਨ ਅਤੇ ਹੋਰ ਵੀ MPਾਂ ਨੇ ਚਿੱਠੀ ਲਿਖੀ ਆ ਨੋਬੈਲ ਪੀਸ ਪ੍ਰਾਈਜ਼ ਵਾਲਿਆਂ ਨੂੰ ਭਾਈ ਖਾਲਸਾ ਏਡ ਨੇ 21 ਸਾਲ ਦੇ ਵਿੱਚ ਬਹੁਤ ਪ੍ਰਾਪਤੀ ਕੀਤੀ ਸੇਵਾ ਦੀ, ਅਤੇ ਉਹਨਾਂ ਨੂੰ ਇਹ ਪੀਸ ਪ੍ਰਾਈਜ਼ ਦੇ ਨੋਮੀਨੇਸ਼ਨ ਕਰਕੇ ਆਪਣੇ ਵੱਲੋਂ ਉਹਨੀਂ ਸਾਨੂੰ ਬਹੁਤ ਹੀ ਇੱਕ ਹੌਂਸਲਾ ਦਿੱਤਾ। ਅਸੀਂ ਕਦੀ ਨਾ ਪੈਸੇ ਪਿੱਛੇ ਦੌੜੇ ਨਾ ਕੁਰਸੀਆਂ ਪਿੱਛੇ, ਅਤੇ ਕਈ ਇਨਾਮ ਅਸੀਂ ਨਾ ਵੀ ਕਰ ਦਿੱਤਾ ਜਿਹੜੇ ਭਈ ਕਈ ਵਾਰੀ ਸਾਨੂੰ ਆਪਣੇ ਆਪ ਨੂੰ ਆਪਣੀ ਸੋਚ ਵਿੱਚ ਨਹੀਂ ਪੈਂਦੀ ਆ ਜਾਂ ਕਦੀ ਆਪਣੀ ਜ਼ਮੀਰ ਵਿੱਚ ਨਹੀਂ ਪੈਂਦੀ ਆ ਜੇ ਉਹ ਅਸੀਂ ਇਨਾਮ ਲੈ ਲਿਆ। ਅਸੀਂ ਉਹ ਇਨਾਮ ਨਹੀਂ ਲਏ ਕਿਉਂਕਿ ਸਾਨੂੰ ਕੋਈ ਚੀਜ਼ ਦੀ ਲਾਲਚ ਨਹੀਂ ਗਈ। ਇਹ ਜਿਹੜੀ ਨੋਬੈਲ ਪੀਸ ਪ੍ਰਾਈਜ਼ ਆ ਇਹਦੇ ਵਿੱਚ ਸਾਰੀ ਸਿੱਖੀ ਨੂੰ, ਸਾਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਕੌਮ ਆ, ਸਿੱਖ ਪੰਥ ਆ, ਪੰਜਾਬੀ ਆ, ਉਹਨਾਂ ਨੂੰ ਇੱਕ ਬਹੁਤ ਵੱਡਾ ਭਈ ਹੌਂਸਲਾ ਹੋਊਗਾ ਭਈ ਦੇਖੋ ਸਿੱਖ ਇੰਨੀ ਸੇਵਾ ਕਰਦੇ ਆ ਅਤੇ ਕਿਸੇ ਨੇ ਉਹਨਾਂ ਦੀ ਪਹਿਚਾਣ ਕੀਤੀ ਆ। ਸੋ ਜਿਹੜੀ ਨੋਬੈਲ ਪੀਸ ਪ੍ਰਾਈਜ਼ ਆ ਇਹਦੇ ਵਿੱਚ ਅਸੀਂ ਬਹੁਤ ਹੀ ਜਿੱਦਾਂ ਭਈ ਆਪਣਿਆਂ ਨੂੰ ਕਿਸਮਤ ਵਾਲੀ ਸਮਝਦੇ ਹਾਂ ਭਈ ਖਾਲਸਾ ਏਡ ਸੰਸਥਾ ਨੂੰ ਨੋਮੀਨੇਟ ਕੀਤਾ ਗਿਆ, ਅਤੇ ਸਾਰੀ ਦੁਨੀਆ ਵਿੱਚ ਅਸੀਂ ਇਹੀ ਸਾਡੀ ਅਰਦਾਸ ਆ ਭਈ ਜਿਹੜੇ ਭਈ ਨੌਜਵਾਨ ਪੀੜ੍ਹੀ ਆ ਉਹ ਵੀ ਇੱਧਰ ਸੇਵਾ 'ਚ ਲੱਗਣ, ਕਿਉਂਕਿ ਅੱਜ ਕੱਲ੍ਹ ਨਫ਼ਰਤ ਬਹੁਤ ਫੈਲ ਰਹੀ ਆ ਦੁਨੀਆ ਵਿੱਚ, ਅਤੇ ਜਦੋਂ ਸੇਵਾ 'ਚ ਆਉਂਗੇ ਤਾਂ ਪਿਆਰ ਹੀ ਪਿਆਰ ਸਾਰੇ ਪਾਸੇ ਫੈਲੂਗਾ। ਸੋ ਸਾਰੀ ਸੰਗਤ ਦਾ ਅਤੇ ਜਿਨ੍ਹਾਂ ਨੇ ਨੋਮੀਨੇਟ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਪਿਛਲੇ ਹਫ਼ਤੇ ਦੀ ਗੱਲ ਆ, ਅਤੇ ਮੈਂ ਸੋਚਦਾ ਸੀਗਾ ਭਈ ਕਦੋਂ ਲਾਈਵ ਕਰੀਏ ਅਤੇ ਕਦੋਂ ਗੱਲ ਕਰੀਏ। 21 ਸਾਲ ਦੇ ਵਿੱਚ ਬਹੁਤ ਕੁਛ ਦੇਖਣਾ ਪਿਆ, ਅਤੇ ਇੱਕ ਵਾਰੀ ਹੁਣ ਇੱਕ ਡਾਕੂਮੈਂਟਰੀ ਬਣਾਵਾਂਗੇ ਇੱਥੇ UK ਵਿੱਚੋਂ ਥੋੜ੍ਹੇ ਚਿਰ ਨੂੰ, ਅਤੇ ਮੇਰਾ ਖਿਆਲ ਹੁਣ ਕੋਸ਼ਿਸ਼ ਕਰਾਂਗੇ 2-3 ਹਫ਼ਤੇ ਬਾਅਦ ਅਸੀਂ ਕੁਛ ਸ਼ੁਰੂ ਕਰ ਦਈਏ ਜਿਹਦੇ ਵਿੱਚ ਅਸੀਂ ਆਪਣੀ ਫੁੱਲ ਸਟੋਰੀ ਦੱਸਾਂਗੇ। 21 ਸਾਲ ਦੇ ਵਿੱਚ ਸਾਨੂੰ ਸੰਗਤ ਨੇ ਕਿੰਨਾ ਪਿਆਰ ਦਿੱਤਾ, ਅਤੇ ਸਾਨੂੰ ਆਪਣੇ ਕਈ ਜਥੇਬੰਦੀਆਂ ਨੇ ਕੋਸ਼ਿਸ਼ ਕੀਤੀ ਦੱਬਣ ਦੀ ਵੀ ਕਿਉਂਕਿ ਖਾਲਸਾ ਏਡ ਉਹਨਾਂ ਜੁੜੀ ਨਹੀਂ ਗਈ, ਅਤੇ ਉਹਨਾਂ ਜਾ ਕੇ ਜਫੀਆਂ ਨਹੀਂ ਪਾਈਆਂ, ਅਤੇ ਉਹਨਾਂ ਨੂੰ ਬਸ ਇਹ ਲੱਗ ਗਿਆ ਭਈ ਖਾਲਸਾ ਏਡ ਦੱਬਣਾ, ਹੁਣ ਕਿੰਨੀ ਕੋਸ਼ਿਸ਼ ਕੀਤੀ ਗਈ ਦੱਬਣ ਦੀ, ਕਿੰਨੀ ਕੋਸ਼ਿਸ਼ ਕੀਤੀ ਗਈ ਸਾਨੂੰ ਖਰੀਦਣ ਦੀ, ਕਿੰਨੀ ਕੋਸ਼ਿਸ਼ ਕੀਤੀ ਗਈ ਸਾਡੇ ਮੂੰਹ ਬੰਦ ਕਰਨ ਨੂੰ, ਕਿੰਨੀਆਂ ਧਮਕੀਆਂ ਦਿੱਤੀਆਂ ਗਈਆਂ 21 ਸਾਲ ਦੇ ਵਿੱਚ, ਉਹ ਵੀ ਮੋਸਟਲੀ ਆਪਣਿਆਂ ਤੋਂ। ਸੋ ਕਈ ਵਾਰੀ ਜਦੋਂ ਤੁਸੀਂ ਸੇਵਾ 'ਚ ਆਉਂਦੇ ਫਿਰ ਲੱਗਦਾ ਪਤਾ ਵੀ ਕਮਿਊਨਿਟੀ ਦੇ ਵਿੱਚ ਅਸਲੀਅਤ ਕੀ ਆ। ਕਈ ਸੇਵਾ 'ਚ ਆਉਂਦੇ ਆ
ਪਿਆਰ ਦੇ ਨਾਲ ਤਾਂ ਫਿਰ ਬੜੇ ਅਪਸੈਟ ਹੋ ਜਾਂਦੇ ਬਈ ਅਸੀਂ ਦੇਖੇ ਨਹੀਂ ਜਾਂਦੇ ਕਦੀ ਪੋਲੀਟਿਕਸ ਇੱਦਾਂ ਦੇ ਅਤੇ ਮੁੜ ਕੇ ਸੇਵਾ ਦੇ ਵਿੱਚੋਂ ਦੂਰ ਹੋ ਜਾਂਦੇ। ਸੋ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਜਿਹੜੇ ਇਸ ਵੇਲੇ ਨੌਜਵਾਨ ਕੁੜੀਆਂ ਮੁੰਡੇ ਜਾਂ ਬਜ਼ੁਰਗ ਸੇਵਾ ਕਰਦੇ ਉੱਥੇ ਅੰਦੋਲਨ 'ਤੇ, ਦਿਲ ਲਈ ਉਹਨਾਂ ਦਾ ਧੰਨਵਾਦ। ਸਾਰੀ ਸੰਸਥਾ ਦਾ, ਇਕੱਲੇ ਇੱਕ ਸੰਸਥਾ ਨਹੀਂ, ਇਕੱਲੀ ਖਾਲਸਾ ਨਹੀਂ ਹੈਗੀ, ਉੱਥੇ ਬਹੁਤ ਸੰਸਥਾ ਆ। ਅਤੇ ਮੈਂ ਆਪਣੇ ਤੁਹਾਨੂੰ ਆਪਣੇ ਜਿਹੜੇ ਵਿਊ ਦੇ ਰਿਹਾ ਹਾਂ, ਇਹ ਜੋ 21 ਸਾਲ ਦਾ ਤਜਰਬਾ ਜੋ ਅਸੀਂ ਦੇਖਣਾ ਚਾਹੁੰਦੇ ਹਾਂ, ਜੋ ਹੁਣ ਅਸੀਂ ਅਗਲਾ ਕਦਮ ਚੱਕਣਾ ਉਹ ਵੀ ਤੁਹਾਡੇ ਨਾਲ ਕਰਕੇ, ਤੁਹਾਡੇ ਨਾਲ ਰਲ ਮਿਲ ਕੇ ਚੱਕਣਾ। ਸੋ ਜਿਹੜੀ ਤੁਹਾਡਾ ਪਿਆਰ ਆ, ਤੁਹਾਡੇ ਤੁਸੀਂ ਇੰਨੇ ਦਿਆਲੂ ਆ, ਤੁਸੀਂ ਇੰਨਾ ਸਪੋਰਟ ਕਰਦੇ ਖਾਲਸਾ ਏਡ ਨੂੰ, ਹੁਣ ਲੱਖਾਂ ਤੋਂ ਲੱਖ ਰੁਪਈਏ ਤੁਸੀਂ ਸਾਡੀ ਇੰਡੀਆ ਟੀਮ ਨੂੰ ਦੇ ਰਹੇ ਹਾਂ, ਅਤੇ ਲੱਖਾਂ ਲੱਖ ਡੋਲਰ ਬਾਹਰ ਬੈਠੇ ਸਾਡੀਆਂ ਸੰਸਥਾ UK US ਕੈਨੇਡਾ ਉਹਨਾਂ ਨੂੰ ਤੁਸੀਂ ਡੋਨੇਟ ਕਰ ਰਹੇ ਹਾਂ। ਸੋ ਇਹਦਾ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਭਾਈ, ਇਹ ਨਾ ਸਮਝੇ ਕਿਸੇ ਇੱਕ ਬੰਦੇ ਦੀ ਦੁਕਾਨ ਆ ਜਾਂ ਇੱਕ ਕੋਈ ਬੰਦਾ ਉੱਥੇ ਇਹ ਸਾਰਾ ਭਾਈ ਸੰਭਾਲ ਸਕਦਾ, ਇਹ ਨਹੀਂ ਕਰ ਸਕਦੇ। ਇਹ ਸਾਰੀਆਂ ਕਮੇਟੀਆਂ ਹੋਣੀਆਂ, ਇਹਦੇ ਵਿੱਚ ਟਰਸਟੀ ਹੁੰਦੇ ਆ, ਉਹ ਟਰਸਟੀ ਵੀ ਅਸੀਂ ਹੁਣ ਸਾਰੀ ਰਿਵਿਊ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਇਹ ਸਾਡੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ, ਕਿਉਂਕਿ ਜੇ 21 ਸਾਲ ਦੇ ਖਾਲਸਾ ਸ਼ੁਰੂ ਕੀਤੀ ਆ, ਧੱਕੇ ਖਾਧੇ ਆ ਦੁਨੀਆ ਵਿੱਚ, ਅਤੇ ਇੱਕ ਸੰਸਥਾ ਹੀ ਬਣੀ ਆ, ਇਹਦਾ ਮਤਲਬ ਕੋਈ ਫਾਇਦਾ ਉਠਾ ਲਵੇ ਇਹਦਾ ਨਾਂ ਯੂਜ਼ ਕਰਕੇ ਆਪਣੇ ਆਪ ਨੂੰ, ਜਿੱਦਾਂ ਭਾਈ ਵੱਡਾ, ਜਿੱਦਾਂ ਵੀ ਮੈਂ ਬਹਿਜਮਾ ਵੱਡਾ ਬਾਬਾ ਬਣ ਕੇ ਜਾਂ ਭਾਈ ਮਿਲੀਅਨਰ ਬਣ ਕੇ, ਭਾਈ ਕਰੋੜਪਤੀ ਬਣ ਕੇ ਮੈਂ ਆਪਣੀ ਲਾਈਫ ਤਾਂ ਮੇਰੀ ਹੋ ਗਈ, ਸਾਰੇ ਮੇਰੇ ਪਰਿਵਾਰ ਜਾਂ ਮੇਰੇ ਫਰੈਂਡਸ ਮੇਰੇ ਨਾਲ ਹੋਊਗੇ, ਨਹੀਂ। ਜਿੱਥੇ ਵੀ ਕਮੇਟੀ ਹੋਊਗੀ ਖਾਲਸਾ ਦੀ, ਉਹਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੋਊਗੇ, ਬੈਕਗ੍ਰਾਊਂਡ ਹੋਊਗਾ, ਉਹਦੇ ਵਿੱਚ ਅਕਾਊਂਟਬਿਲਿਟੀ ਭਈ ਪੈਸੇ ਕਿੱਥੋਂ ਆਏ ਆ, ਕਿੰਨੇ ਆਏ ਆ, ਕਿੱਧਰ ਜਾ ਰਹੇ ਆ, ਕਿਉਂਕਿ ਹੁਣ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ, ਅਤੇ ਤੁਸੀਂ ਬਹੁਤ ਹੀ ਸਪੋਰਟ ਕਰ ਰਹੇ ਖਾਲਸਾ ਏਡ ਨੂੰ, ਮਾਇਆ ਦੀ, ਸਮਾਨ ਦੀ, ਇੰਡੀਆ ਵਿੱਚ ਵੀ ਲੱਖਾਂ ਤੋਂ ਲੱਖ ਰੁਪਈਏ ਉੱਧਰੋਂ ਸਮਾਨ ਵੀ ਦੇ ਰਹੇ ਹਾਂ, ਇਹ ਵੀ ਜ਼ਿੰਮੇਵਾਰੀ ਬਹੁਤ ਵੱਡੀ ਆ। ਸੋ ਜਦੋਂ ਵੀ ਕੁਛ ਖਾਲਸਾ ਏਡ ਦੇ ਵਿੱਚ ਨੈਗੇਟਿਵ ਪੋਲੀਸਿਟੀ ਆਉਂਦੀ ਆ, ਉਹ ਵੀ ਸਾਡੇ ਉੱਪਰ ਬਿਲਕੁਲ ਫਿਰ ਇੱਕ ਵੱਡੀ ਜ਼ਿੰਮੇਵਾਰੀ ਹੋਰ ਹੋ ਜਾਂਦੀ ਆ, ਉਹ ਅਸੀਂ ਸਾਰਿਆਂ ਤੋਂ ਪਹਿਲਾਂ ਤੁਹਾਡੀ ਸਲਾਹ ਦੇ ਨਾਲ, ਤੁਹਾਡੀ ਗੱਲਬਾਤ ਦੇ ਨਾਲ ਅਸੀਂ ਇੱਕ ਦੋ ਹਫ਼ਤੇ ਵਿੱਚ ਚੇਂਜਸ ਲਿਆ ਰਹੇ ਸਾਰੇ ਪਾਸੇ ਦੁਨੀਆ ਵਿੱਚ, ਅਤੇ ਕਿਉਂਕਿ ਇਹ ਨਹੀਂ ਚਾਹੁੰਦੇ ਅਸੀਂ ਭਈ ਕੋਈ ਖਾਲਸਾ ਦੇ ਵਿੱਚ ਜਿੱਦਾਂ ਕੱਲਾ ਰਵੀ ਸਿੰਘ ਹੋਵੇ ਜਾਂ ਕੋਈ ਜਤਿੰਦਰ ਸਿੰਘ ਹੋਵੇ ਜਾਂ ਉਮਰ ਸਿੰਘ ਹੋਵੇ ਜਾਂ ਅਮਰਪ੍ਰੀਤ ਹੋਵੇ, ਇਹ ਸਾਰੀ ਸੰਗਤ ਦੀ ਜਥੇਬੰਦੀ ਆ, ਇਹਦੇ ਵਿੱਚ ਇੱਕ ਆਦਮੀ, ਇੱਕ ਬੰਦਾ, ਇੱਕ ਔਰਤ, ਕੋਈ ਨਹੀਂ ਚੀਜ਼ ਕੰਟਰੋਲ ਕਰ ਸਕਦੇ, ਕਿਉਂਕਿ ਫਿਰ ਉਹ ਚੀਜ਼ ਉਹੀ ਬਣ ਜਾਂਦੀ ਆ ਜਿਹੜੀ ਚੀਜ਼ ਤੁਸੀਂ ਡਰਦੇ ਹਾਂ, ਭਾਈ ਕੰਟਰੋਲ ਇੱਕ ਪਰਿਵਾਰ ਦਾ ਹੋ ਗਿਆ ਜਾਂ ਇੱਕ ਬੰਦੇ ਦਾ ਹੋ ਗਿਆ। ਉਹ ਸਾਰੀ ਚੀਜ਼ ਅਸੀਂ ਰਿਵਿਊ ਕਰਾਂਗੇ, ਮੈਂ ਰਿਵਿਊ ਕਰ ਵੀ ਰਿਹਾ ਹਾਂ, ਮੇਰੀ ਹਰ ਵਾਰੀ ਇਹ ਮੇਰੀ ਹੁੰਦੀ ਆ, ਰਾਤੀ ਵੀ ਜਦੋਂ ਮੈਂ ਕਈ ਵਾਰੀ ਸੌਣ ਤੋਂ ਪਹਿਲਾਂ ਸੋਚੀਦਾ ਭਈ ਹੁਣ ਕਿਹੜੇ ਸਾਡੇ ਪਲੈਨ ਹੈਗਾ ਆ, ਇੱਕ ਬਹੁਤ ਵੱਡਾ ਪਲੈਨ ਆ ਭਈ, ਅਸੀਂ ਹਰ ਵਾਰੀ ਤੁਹਾਨੂੰ ਆਪਣੇ ਜੋ ਮਨ ਦੀਆਂ ਗੱਲਾਂ ਦੱਸੀਆਂ, ਹਰ ਵਾਰੀ ਆਪਣੇ ਵਿਊਜ਼ ਦਿੱਤੇ ਆ, ਹਿਊਮਨ ਰਾਈਟਸ ਦੇ ਵਿਊ ਹੋਣ, ਪੋਲੀਟੀਕਲ ਵਿਊ ਹੋਣ, ਮੇਰੇ ਪਰਸਨਲ ਵਿਊ ਹੋਣ, ਚੈਰਿਟੀ ਦੇ ਵਿਊ ਹੋਣ, ਅਸੀਂ ਮੋਹਰੇ ਹੋ ਕੇ ਖਾਲਸਾ ਏਡ ਦੇ ਰਵੀ ਸਿੰਘ ਇੱਕ ਚਿਹਰਾ ਬਣ ਗਿਆ ਜਿਹੜਾ ਨਹੀਂ ਬਣਨਾ ਚਾਹੀਦਾ ਸੀਗਾ, ਕਿਉਂਕਿ ਕੋਈ ਬੰਦਾ ਕਿਸੇ ਸੰਸਥਾ ਦਾ ਚਿਹਰਾ ਨਹੀਂ ਬਣਨਾ ਚਾਹੀਦਾ, ਉਹ ਫਿਰ ਕਈ ਵਾਰੀ ਬਹੁਤ ਖਤਰਨਾਕ ਹੋ ਜਾਂਦਾ ਉਹ ਜਥੇਬੰਦੀ ਲਈ, ਜਦੋਂ ਕੋਈ ਬੰਦੇ ਮਾੜੇ ਕੰਮ ਕਰਨ ਲੱਗ ਪੈਂਦੇ। ਸੋ ਇਹਦੇ ਵਿੱਚ ਸਾਡਾ ਇੱਕ ਕੀ ਰੋਲ ਆ, ਕੀ ਅਸੀਂ ਚੇਂਜ ਕਰਨੇ, ਉਹ ਤਾਂ ਸਾਰਾ ਅਸੀਂ ਇੱਕ ਦੋ ਹਫ਼ਤੇ ਵਿੱਚ ਬਹਿ ਕੇ ਸਾਰੀ ਖੁੱਲ੍ਹੀ ਗੱਲ ਕਰਾਂਗੇ ਭਈ ਕੀ ਚੇਂਜ ਆ, ਕਿਉਂਕਿ ਇਹ ਗੱਲ ਜਿੱਦਾਂ ਹੁਣ ਕਿਸਾਨਾਂ ਦੀ ਗੱਲ ਕਰਦੇ ਹਾਂ, ਕਿਸਾਨ ਜਾ ਕੇ ਗੌਰਮੈਂਟ ਨਾਲ ਗੱਲ ਕਰਦੇ ਆ, ਜਿਹੜੇ ਕਿਸਾਨ ਦੇ ਲੀਡਰ ਆ, ਫਿਰ ਕਿਸਾਨ ਦੇ ਲੀਡਰ ਆ ਕੇ ਇੱਕ ਦੂਜੇ ਨਾਲ ਗੱਲ ਕਰਦੇ ਆ, ਫਿਰ ਜਾ ਕੇ ਉਹ ਦੂਜਿਆਂ ਨੇ ਕਿਸਾਨਾਂ ਨਾਲ ਗੱਲਾਂ ਕਰਦੇ, ਸਾਰਾ ਕੌਂਸਲਟੇਸ਼ਨ ਆ। ਕੌਂਸਲਟੇਸ਼ਨ ਦਾ ਮਤਲਬ ਆ ਸਾਰਿਆਂ ਨਾਲ ਸਮਝੌਤਾ ਕਰਕੇ, ਗੱਲ ਕਰਕੇ, ਗੱਲਬਾਤ ਕਰਕੇ, ਫਿਰ ਅਸੀਂ ਆਪਣੀ ਗੱਲ ਪ੍ਰਜੈਂਟ ਕਰਨੀ। ਜਿਹੜੀ ਗੌਰਮੈਂਟ ਆ, ਜਿਹੜੀ 3 ਕਾਨੂੰਨ ਪਾਸ ਕੀਤੇ ਆ, ਉਹਨੇ ਕੌਂਸਲਟੇਸ਼ਨ ਨਹੀਂ ਕੀਤੀ, ਉਹਨਾਂ ਨੇ ਧੱਕਾਬਾਜ਼ੀ ਕੀਤੀ। ਅਸੀਂ ਖਾਲਸਾ ਦੇ ਵਿੱਚ ਤੁਹਾਡੀ ਮਾਇਆ ਲੈ ਕੇ ਅਸੀਂ ਧੱਕਾਬਾਜ਼ੀ ਨਹੀਂ ਕਰਨੀ ਚਾਹੁੰਦੇ, ਅਤੇ ਨਾ ਤੁਹਾਡੀ ਮਾਇਆ ਲੈ ਕੇ ਅਸੀਂ ਇੱਕ ਪਰਿਵਾਰ ਨੂੰ, ਇੱਕ ਬੰਦੇ ਨੂੰ, ਇੱਕ ਫਰੈਂਡਸ ਨੂੰ ਕੋਈ ਪਾਵਰਫੁੱਲ ਬਣਾਉਣਾ ਚਾਹੁੰਦੇ ਹਾਂ, ਜਿਹੜਾ ਭਾਈ ਰਵੀ ਸਿੰਘ ਜਾਂ ਕੋਈ ਆ ਕੇ ਉੱਥੇ ਜਤਿੰਦਰ ਸਿੰਘ ਜਾਂ ਉਮਰ ਸਿੰਘ ਜਾਂ ਹਰ ਭਾਈ ਇੱਕ ਬੰਦਾ ਕਹਿ ਜਾਵੇ ਮੈਂ ਹੀ ਮੈਂ ਹਾਂ, ਹੁਣ ਕੋਈ ਨਹੀਂ ਰਹਿ ਗਿਆ। ਤਾਂ ਹੀ ਮੈਂ ਘੜੀ ਘੜੀ ਕਹਿੰਦਾ, ਜਿਹੜੀਆਂ ਅੱਜ ਤੁਹਾਨੂੰ ਗੱਲਾਂ ਕਰ ਰਿਹਾ, ਪੰਜਾਬ ਦੇ ਜਿਹੜੀਆਂ ਪੰਜਾਬ ਦੀਆਂ ਨਿੱਕੀਆਂ ਜਥੇਬੰਦੀਆਂ ਆ, ਜਿਹੜੇ ਰਜਿਸਟਰਡ ਚੈਰਿਟੀ ਔਰਗਨਾਈਜੇਸ਼ਨ ਆ, ਜਿਹੜੇ ਪੰਜਾਬ ਦੀਆਂ ਰਜਿਸਟਰਡ ਔਰਗਨਾਈਜੇਸ਼ਨਸ ਆ, ਨਿੱਕੀਆਂ ਨਿੱਕੀਆਂ ਜਥੇਬੰਦੀਆਂ, ਅਸੀਂ ਉਹਨੂੰ ਅਪੀਲ ਕੀਤੀ ਕਿੰਨੀ ਵਾਰੀ ਮੈਂ, ਸਾਨੂੰ ਈਮੇਲ ਵੀ ਆਈਆਂ ਇੱਥੇ, ਉਹ ਵੀ ਅਸੀਂ ਦੇਖ ਰਹੇ ਹਾਂ ਅਸੀਂ ਉਹ ਕਿਹੜਾ ਗਰੁੱਪ ਆ। ਅਤੇ ਪਹਿਲਾਂ ਤੁਹਾਨੂੰ ਮੈਂ ਅਪਡੇਟ ਦੇਣੀ ਚਾਹੁੰਦਾ ਹਾਂ,
ਇਹ ਸਾਡੇ ਇੱਕ ਬਹੁਤ ਵੱਡਾ ਬੋਝ ਆ ਮਨ ਦੇ ਵਿੱਚ ਜਿਹੜਾ ਸੀਗਾ ਪੰਜਾਬ ਦੇ ਹੜ੍ਹਾਂ ਦਾ ਪੈਸਾ, ਕਿਉਂਕਿ ਅਸੀਂ ਇਕੱਲੇ ਜਥੇਬੰਦੀ ਹਾਂ ਜਿਹੜਾ ਭਰਾ ਪੰਜਾਬ ਦੇ ਹੜ੍ਹਾਂ ਦਾ ਪੈਸਾ ਇੱਕ ਸਾਜ 'ਚ ਰੱਖਿਆ, ਬਹੁਤ ਪੈਸਾ ਤੱਕ ਖਰਚਣ ਵਾਲਾ। ਅਤੇ ਭਾਈ ਗੁਰਪ੍ਰੀਤ ਸਿੰਘ ਹੁਣੀ ਜਾ ਕੇ ਪਿਛਲੇ 2-3 ਹਫ਼ਤੇ ਉਹਨੇ ਆਪਣਾ ਟਾਈਮ ਕੱਢਿਆ ਉੱਥੇ ਪੰਜਾਬ ਦੇ ਖੇਤਾਂ ਵਿੱਚ ਜਾ ਕੇ, ਪਿੰਡਾਂ ਵਿੱਚ ਜਾ ਕੇ, ਵੀ ਅਸੀਂ ਹੋਰ ਕੀ ਕਰ ਸਕਦੇ ਹਾਂ। ਉਹ ਜਿਹੜਾ ਪੈਸਾ ਹਾਲ ਤੱਕ ਵੀ ਬਚਿਆ ਹੜ੍ਹਾਂ ਦਾ, ਉਹਦੇ ਵਿੱਚ ਖਾਲਸਾ UK ਇੱਥੇ ਅਸੀਂ ਬੈਠੇ ਹਾਂ ਜਾਂ ਕੈਨੇਡਾ ਜਾਂ ਅਮੈਰੀਕਾ ਆ, ਉਹਨਾਂ ਕੋਲ ਵੀ ਫੰਡਸ ਪਏ ਆ, ਉਹ ਅਸੀਂ ਕਿੱਦਾਂ ਖਰਚਣੇ, ਕਿੱਥੇ ਖਰਚਣੇ, ਉਹ ਵੀ ਤੁਹਾਡੀ ਸਲਾਹ ਦੇ ਨਾਲ, ਤੁਹਾਡੇ ਪਿਆਰ ਦੇ ਨਾਲ। ਅਤੇ ਅਸੀਂ ਕੋਸ਼ਿਸ਼ ਬਹੁਤ ਕੀਤੀ ਆ ਵੀ ਉਹ ਮਾਇਆ ਖਰਚੀ ਜਾਵੇ, ਅਤੇ ਉਹ ਮੜ ਗਿਆ ਕਿਉਂਕਿ ਮਾਇਆ ਜ਼ਿਆਦਾ ਸੀਗੀ। ਸੋ ਅਸੀਂ ਨਾ ਪੈਸੇ ਸੁੱਟਣਾ ਚਾਹੁੰਦੇ ਨਾ ਖਰਾਬ ਕਰਨਾ ਚਾਹੁੰਦੇ, ਸੋ ਉਹ ਹੌਲੀ ਹੌਲੀ ਸਾਰਾ ਅਸੀਂ ਹੁਣ ਪਲੈਨ ਬਣਾ ਰਹੇ ਹਾਂ ਨੈਕਸਟ ਸਟੈਪ ਕੀ ਹੋਊਗਾ ਕਿਸਾਨਾਂ ਦਾ, ਜਿਹੜਾ ਭਈ ਹੁਣ ਅੰਦੋਲਨ ਆ, ਪਿੱਛੇ ਜਿਹੇ ਕਿਸਾਨ ਆ, ਪਿੱਛੇ ਪਰਿਵਾਰ ਆ, ਅਸੀਂ ਫੁੱਲ ਕੌਨਸਲਟੇਸ਼ਨ ਲੈਣੀ ਆ ਜਿਹੜੇ ਐਕਸਪਰਟਸ ਆ ਜੇ ਫੀਲਡ ਦੇ ਵਿੱਚ, ਉਹਦੇ ਪਿੱਛੇ ਗੱਲ ਚੱਲ ਰਹੀ ਆ ਇੱਥੇ ਅਮਰੀਕਾ ਵਿੱਚ, ਕੈਨੇਡਾ ਵਿੱਚ ਵੀ, ਭਈ ਇਹ ਕਿੱਦਾਂ ਅਸੀਂ ਮੂਵ ਹੋਣਾ ਮੋਰਾ ਜਾਂ ਅਗਲਾ ਜਿਹੜਾ ਕਦਮ ਹੋਊਗਾ। ਸੋ ਕੰਮ ਬਹੁਤ ਪਿਆ ਆ, ਜਿੱਥੇ ਤੁਹਾਡੇ ਉੱਥੇ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਦੇ ਸਪੈਸ਼ਲਿਸਟ ਆ ਜਾਂ ਕਲੱਬ ਆ, ਸਾਨੂੰ ਕੋਂਟੈਕਟ ਕਰੋ। ਜੇ ਤੁਸੀਂ ਕੋਈ ਪੰਜਾਬ ਦੇ ਵਿੱਚ ਕੋਈ ਨਿੱਕੀ ਸੰਸਥਾ ਆ, ਤੁਸੀਂ ਕੋਈ ਮਦਦ ਕਰਦੇ ਹੋ, ਐਜੂਕੇਸ਼ਨਲ ਹੋਵੇ, ਜਿਹੜੀ ਮਰਜ਼ੀ ਹੋਵੇ, ਪਰ ਤੁਸੀਂ ਰਜਿਸਟਰ ਹੋਣ 2-3 ਸਾਲ ਇੰਡੀਆ ਵਿੱਚ, ਤੁਹਾਡੇ ਅਕਾਊਂਟਸ ਹੋਣ, ਭਈ ਤੁਸੀਂ ਕਹਿ ਸਕਦੇ ਭਈ ਹਾਂਜੀ ਸਾਨੂੰ ਭਈ ਮਾਇਆ ਦੀ ਕੋਈ ਚੀਜ਼ਾਂ ਖਰੀਦਣੀਆਂ ਲੋੜ ਆ, ਅਸੀਂ ਤੁਹਾਡੀ ਉਹ ਚੀਜ਼ਾਂ ਖਰੀਦਵਾਂਗੇ, ਤੁਹਾਡੀ ਕੋਈ ਬਿਲਡਿੰਗ ਰਿਪੇਅਰ ਕਰਨੀ ਕਰ ਦੇਵਾਂਗੇ, ਸਕੂਲ ਰਿਪੇਅਰ ਕਰ ਦੇਵਾਂਗੇ, ਜਿੱਥੇ ਵੀ ਲੋੜ ਆ ਅਸੀਂ ਤੁਹਾਡੇ ਨਾਲ ਇੱਥੋਂ ਖੜ੍ਹੇ ਹਾਂ ਤੁਹਾਡੇ ਨਾਲ ਮਦਦ ਕਰਨ ਲਈ ਪੰਜਾਬ ਦੇ ਵਿੱਚ। ਪਰ ਬੰਦੇ ਚਾਹੀਦੇ ਸਾਨੂੰ ਇਮਾਨਦਾਰ, ਅਤੇ ਬੰਦੇ ਚਾਹੀਦੇ ਜਿਹੜਾ ਭਈ ਕੁਛ ਆਪਣਾ ਆਪਣਾ ਭਲਾ ਨਹੀਂ ਮੰਗਦੇ, ਭਈ ਸਾਨੂੰ ਕਰੋ ਸਾਰਾ ਕੁਛ, ਆਪਣੇ ਪਿੰਡ ਦਾ, ਆਪਣੇ ਇਲਾਕੇ ਦਾ, ਅਤੇ ਆਪਣੇ ਜਿਹੜੇ ਭਈ ਲੋਕਾਂ ਦਾ ਭਲਾ ਕਰਨਾ। ਹੁਣ ਉੱਥੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਬਹੁਤ ਲੋੜ ਹੈਗੀ ਆ। ਸੋ ਅਸੀਂ ਇਹ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਅਸੀਂ ਇਹ ਨਹੀਂ ਚਾਹੁੰਦੇ ਭਈ ਖਾਲਸਾ ਜਿਹੜੀ ਕਿੱਡੀ ਵੱਡੀ ਜਥੇਬੰਦੀ ਬਣ ਜਾਵੇ, ਭਈ ਹੋਰ ਕੋਈ ਜਥੇਬੰਦੀ ਨਾ ਰਹਿ ਜਾਵੇ, ਅਸੀਂ ਬਿਲਕੁਲ ਇਹਦੇ ਖਿਲਾਫ਼ ਹਾਂ। ਅਸੀਂ ਕਹਿੰਦੇ ਜੇ ਤੁਸੀਂ ਹੁਣ ਸਾਨੂੰ $10 ਦਿੰਦੇ ਹਾਂ, ਅਤੇ ਕਦੀ ਕਦੀ $5-10 ਕਿਸੇ ਹੋਰ ਜਥੇਬੰਦੀ ਵੀ ਦੇ ਦਿਉ ਜਿਹੜੀ ਪੰਜਾਬ ਸੇਵਾ ਕਰਦੀ ਆ, ਭਈ ਸਾਰਿਆਂ ਦੀ ਚੜ੍ਹਦੀ ਕਦਰ ਰਹੇ, ਭਈ ਇੱਕ ਨਾ ਭਈ ਵੱਡਾ ਕੋਈ ਜਥਾ ਜਾਂ ਗਰੁੱਪ ਬਣ ਜਾਵੇ ਜਿਹੜਾ ਦੂਜੇ ਨੂੰ ਕੰਟਰੋਲ ਕਰੇ ਮਗਰੋਂ, ਭਈ ਇੰਨੀ ਪਾਵਰਫੁੱਲ ਹੋ ਜਾਵੇ। ਸੋ ਇੱਕ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ ਭਈ ਤੁਸੀਂ ਜਿੰਨਾ ਸਪੋਰਟ ਕਰਦੇ ਖਾਲਸਾ ਏਡ ਨੂੰ, ਤੁਸੀਂ ਬਹੁਤ ਸਪੋਰਟ ਕਰਦੇ ਆ, ਪਰ ਇਹਦੇ ਵਿੱਚ ਅਸੀਂ ਨਹੀਂ ਚਾਹੁੰਦੇ ਭਈ ਬਾਕੀ ਜਿਹੜੇ ਭਈ ਸੇਵਾ ਕਰਦੇ ਆ ਨਿੱਕੇ ਨਿੱਕੇ ਗਰੁੱਪ, ਉਹ ਪਿੱਛੇ ਰਹਿ ਜਾਣ। ਸੋ ਇਹ ਜਿਹੜਾ ਪੰਜਾਬ ਦਾ ਪਲੈਨ ਆ, ਅਤੇ ਜਿਹੜਾ ਅਸੀਂ ਹੁਣ ਆਪਣਾ ਜਿਹੜਾ ਸਿਸਟਮ ਚੇਂਜ ਕਰਨੇ ਆ, ਜਿਹੜੀ ਭਈ ਰਿਪੋਰਟਿੰਗ ਚੰਗੀ ਹੋਊਗੀ, ਅਕਾਊਂਟਿੰਗ ਚੰਗੀ ਹੋਊਗੀ, ਵੀ ਇੱਕ ਸੰਸਥਾ ਆ, ਜਦੋਂ ਤੁਸੀਂ ਸੰਸਥਾ ਵੱਲ ਦੇਖੋਗੇ ਇਕੱਲੀ ਇਕੱਲੀ ਚੀਜ਼ ਦਾ ਤੁਹਾਨੂੰ ਪਤਾ ਲੱਗ ਜਾਊਗਾ ਭਈ ਪੈਸਾ ਕਿੱਥੋਂ ਆਇਆ, ਕਿੱਥੇ ਆ ਗਿਆ, ਅਤੇ ਸਾਰਾ ਪੰਜਾਬ ਅਸੀਂ ਨਾਲ ਲਾਵਾਂਗੇ ਇਹਦੇ ਵਿੱਚ। ਅਤੇ ਕਿਉਂਕਿ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਸਾਡੇ ਭੈਣ ਭਰਾ ਹੈਗੇ ਆ ਜਿਹਨਾਂ ਕੋਲ ਬਹੁਤ ਬਹੁਤ ਚੰਗੇ ਆਈਡੀਏਜ਼ ਆ, ਕਈ ਵਾਰੀ ਉਹ ਸੋਚਦੇ ਵੀ ਅਸੀਂ ਆਈਡੀਏ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਮੋਹਰੇ ਕੋਈ ਹੋਰ ਖੜ੍ਹੇ ਆ ਜਾਂ ਪਿੱਛੇ ਤੁਹਾਨੂੰ ਕੋਈ ਸਪੋਰਟ ਨਹੀਂ ਮਿਲਦਾ। ਸੋ ਅਸੀਂ ਇੱਕ ਸਿਸਟਮ ਖੋਲ੍ਹਣਾ ਆ, ਪਹਿਲਾਂ ਮੈਂ 3 ਮਹੀਨੇ ਹੋ ਗਏ ਆ ਇੱਕ ਸਿਸਟਮ ਲਾਉਣਾ ਚਾਹੁੰਦਾ ਸੀਗਾ, ਐਕਚੁਲੀ 3 ਮਹੀਨੇ ਤੋਂ ਪਹਿਲਾਂ। ਇੱਕ ਹੈਗੀ ਆ, ਜੇ ਤੁਹਾਨੂੰ ਕੋਈ ਕੰਪਲੇਨ ਆ ਖਾਲਸਾ ਏਡ ਦੀ, ਤੁਸੀਂ ਉਹ ਫਿਲ ਕਰ ਸਕਦੇ ਫਾਰਮ, ਉਹ ਫਾਰਮ ਅਸੀਂ ਥੋੜ੍ਹੇ ਚਿਰ ਨੂੰ ਮੈਂ ਲਾਂਚ ਕਰੂੰਗਾ 1-2 ਹਫ਼ਤੇ ਵਿੱਚ, ਉਹਦੇ ਤੁਸੀਂ ਸਾਨੂੰ ਕੰਪਲੇਨਾਂ ਭੇਜ ਸਕਦੇ ਹਾਂ ਜੇ ਕੋਈ ਕੰਮ ਨਹੀਂ ਚੰਗਾ ਕਰ ਰਿਹਾ ਅਤੇ ਸਾਡੇ ਵੱਲੋਂ ਕੋਈ ਕੰਮ ਮਾੜਾ ਹੋ ਰਿਹਾ, ਜਾਂ ਸਾਡੀ ਟੀਮ ਕੁਛ ਹੋਰ ਵੀ ਕੁਛ ਕਰ ਸਕਦੀ ਤੁਹਾਡੀ ਸੁਜੈਸ਼ਨ ਵੱਲੋਂ, ਉਹ ਵੀ ਅਸੀਂ ਇੱਕ ਖੋਲ੍ਹਣ ਲੱਗੇ ਹਾਂ ਸਿਸਟਮ, ਉਹ 1-2 ਹਫ਼ਤੇ 'ਚ ਲਾਂਚ ਕਰ ਦੇਣਾ। ਦੂਜਾ ਹੈਗਾ ਆ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀ ਲਾਂਚ ਕਰਨਾ, ਫਿਰ ਕਿਸਾਨਾਂ ਦਾ ਸੰਘਰਸ਼ ਵਿੱਚ ਆ ਗਿਆ, ਜਿਹੜਾ ਤੁਸੀਂ ਰਵੀ ਸਿੰਘ ਨੂੰ ਜਿਹੜਾ ਮਰਜ਼ੀ ਕੁਐਸਚਨ ਪੁੱਛ ਸਕਦੇ, ਉਹ ਕੁਐਸਚਨ ਤੁਸੀਂ ਕਿੱਦਾਂ ਈਮੇਲ ਕਰਨਾ, ਉਹ ਵੀ 1 ਹਫ਼ਤੇ ਵਿੱਚ ਅਸੀਂ ਮੁੜ ਕੇ ਫਿਰ ਲਾਂਚ ਕਰ ਦੇਣਾ, ਸ਼ੁਰੂ ਕਰ ਦੇਣਾ। ਸੋ ਤੁਸੀਂ ਮੈਨੂੰ ਵੀ ਜਿਹੜਾ ਮਰਜ਼ੀ ਖਾਲਸਾ ਏਡ ਦਾ ਸਵਾਲ ਪੁੱਛ ਸਕਦੇ ਹਾਂ। ਤਾਂ ਫਿਰ ਜਿਹੜਾ ਸਾਡਾ ਇੱਥੇ ਹੁਣ ਮੁੰਡਾ ਜਿਹੜਾ ਭਈ ਬਹੁਤ ਨੌਜਵਾਨ ਪੜ੍ਹਿਆ ਲਿਖਿਆ, ਪੜ੍ਹਾਈ ਲਿਖਾਈ ਫਾਈਨੈਂਸ ਦੇ ਵਿੱਚ ਆ, ਅਕਾਊਂਟਸ ਦੇ ਵਿੱਚ ਆ, ਉਹਨੂੰ ਕਿਹਾ ਗਿਆ ਵੀ ਜਿਹੜੇ ਸਾਡੇ ਸਾਰੇ ਜਿਹੜੇ ਬ੍ਰਾਂਚਿਸ ਆ ਇੰਡੀਆ, UK, USA, ਕੈਨੇਡਾ, ਆਸਟ੍ਰੇਲੀਆ ਵਿੱਚ ਰਜਿਸਟਰ ਹੋਣਾ, ਉਹਦਾ ਕਿੱਦਾਂ ਅਸੀਂ ਹਰ 1-2 ਮਹੀਨੇ ਵਿੱਚ ਪੈਸਾ ਤੁਹਾਨੂੰ ਦਿਖਾਲਣਾ, ਕਿੰਨਾ ਪੈਸਾ ਆਇਆ, ਕਿੱਥੇ ਆ ਰਿਹਾ, ਅਤੇ ਤੁਹਾਡਾ ਹੱਕ ਬਣਦਾ, ਸਾਨੂੰ ਸਾਰਾ ਕੁਝ ਪੁੱਛ ਸਕਦੇ। ਹੁਣ ਜਿਹੜਾ ਸਿਸਟਮ ਮੈਂ ਤੁਹਾਨੂੰ ਕਿਹਾ ਸੀ ਚੇਂਜ ਕਰਨਾ ਸਾਰੇ ਪਾਸੇ, ਉਹਨਾਂ ਵਿੱਚ ਅਸੀਂ ਕੌਂਸਲਟੇਸ਼ਨ ਤੁਹਾਡੇ ਨਾਲ ਕਰਨੀ ਗੱਲ,
अपनी टीमां ना करनी, अपने इत्थे ट्रस्टियां ना करनी, फिर तो सारे सारे ना गलबात करके जिहड़े हुण कनेडा विच, अमरीका विच, US आस्ट्रेलिया विच साडी संगत सानूं सपोर्ट करदी आ, वो जिहड़े विच सियाणे बंदे सानूं बहुत चिर दे जाणदे आ, वो बिल्कुल इहदा मतलब नहीं कि कल्ले खालसा एड दे, वो बिल्कुल संगत दे पंथक तौर ते उहदी सोच आ, उहनां मेरा वी गलबात मेरी चल रही आ भई जे देखो कल नूं सानूं कुछ हो गया भई खालसा कित्थे जाऊगी, किद्दां जाऊगी ते कौन इंचार्ज होगा, ते इहदे विच असीं सारी खुल्ली गलबात करांगे तुहाडे नाल कंसल्टेशन। मैं कोई लुकोवें रखना चाहुंदा खालसा एड दे, जिहड़ा पैसा आउंदा किन्ना आउंदा कित्थे आउंदा। हुण खालसा एड UK असीं तां ही इत्थे भी UK विच भी जथेबंदियां नूं कह रहे, जिहड़े UK विच निक्के निक्के जथेबंदियां चैरिटियां जिहड़ियां भई दसो असीं तुहाडी किद्दां मदद कर सकदे हां, कुछ खाण पीण नूं चाहीदा जां कोई बिल्डिंग लई चाहीदा जां कोई कंप्यूटर चाहीदे, भई तुसीं अपना काम वधाओ। ओ असीं पंजाब असीं एक बहुत वड्डा प्रोग्राम बनाउणा जिहदे विच असीं इह फंडिंग कर सकदे हां चीज़ां दी, समान दी। असीं डायरैक्ट पैसे किसे नूं देणे तां ना अज तक किसे नूं दित्ते आ, ते समान जिहड़ा भई चैरिटी दा चैरिटी उह तां सारे नूं दे सकदे, कोई प्रॉब्लम नहीं गी। सो इहदा मतलब कल्ले सिख चैरिटियां, हुण कई यतीम घर आ इंडिया विच जिहड़े सानूं कॉन्टैक्ट कर रहे आ, सानूं कोई फर्क नहीं जिहड़ा धर्म होवे, असीं उह वी चैक कर रहे हां भई किद्दां असीं उहनां दी मदद दूर दूर कर सकदे हां। ਤੁਸੀਂ ਸਾਡੇ ਸੇਵਾਦਾਰ ਹਾਂ, ਤੁਸੀਂ ਸਾਰੇ ਪਾਸੇ ਹਾਂ, ਸਾਡੀ ਮਦਦ ਕਰਦੇ ਹਾਂ। ਸੋ ਬਹੁਤ ਵੱਡੇ ਮਸਲੇ ਮੂਹਰੇ ਖੜ੍ਹੇ ਆ ਜਿਹੜੇ ਅਸੀਂ ਚੇਂਜ ਕਰਨੇ ਆ, ਕਿਉਂਕਿ ਹੁਣ 21 ਸਾਲ ਬਾਅਦ ਜਿੰਨਾ ਤੁਸੀਂ ਪਿਆਰ ਦੇ ਨਾਲ ਡੋਨੇਸ਼ਨ ਦੇ ਰਹੇ, ਜਿੰਨੀ ਤੁਸੀਂ ਸਾਨੂੰ ਮਾਇਆ ਦੇ ਰਹੇ ਹਾਂ, ਮੈਨੂੰ ਇਹ ਡਰ ਆ ਵੀ ਮਿਸਯੂਜ਼ ਨਾ ਹੋਵੇ। ਮਾਇਆ ਦੀ ਗੱਲ ਲੁਕੋ ਕੇ ਨਹੀਂ ਰੱਖਣੀ, ਮਾਇਆ ਦੀ ਗੱਲ ਇਹ ਨਹੀਂ ਵੀ ਪੁਰਾਣੇ ਜ਼ਮਾਨੇ ਵਿੱਚ ਕਹਿਣਾ ਹਾਂਜੀ ਦੇਈ ਜਾਓ, ਜਦੋਂ ਪੈਸੇ ਦੀ ਗੱਲ ਕਰਨੀ ਫਿਰ ਮੂੰਹ ਦੂਜੇ ਪਾਸੇ ਮੋੜ ਲੈਣਾ, ਮੂਹਰੇ ਜਾ ਕੇ ਤੁਹਾਡੇ ਇਸੇ ਝੋਲੀ ਚੱਕੀ ਜਾਣੀ, ਲਓ ਪੈਸੇ ਦੇਵੋ ਪੈਸੇ ਦੇਵੋ, ਤਾਂ ਜਦੋਂ ਫਿਰ ਤੁਸੀਂ ਸਾਡੇ ਕੋਲ ਸਵਾਲ ਪੁੱਛਣੇ ਪੈਸੇ ਦੇ, ਅਸੀਂ ਕਹਿੰਦਾ ਛੱਡੋ ਪਰੇ ਗੱਲ ਨਾ ਕਰੋ, ਅਸੀਂ ਇਹ ਗੱਲ ਨਹੀਂ ਕਰਨੀ ਪੈਸੇ ਦੀ। ਸੋ ਕੰਮ ਤਾਂ ਬਹੁਤ ਪਏ ਆ, ਪਰ ਉਹ ਤੁਹਾਡੇ ਨਾਲ ਸਾਰਾ ਸੋਚ ਸਮਝ ਕੇ ਅਸੀਂ ਚੱਕਾਂਗੇ ਕਦਮ। ਸੋ ਜਿੰਨਾ ਤੁਸੀਂ ਸਾਨੂੰ ਸਪੋਰਟ ਕਰ ਰਹੇ, ਜਿੰਨੀ ਸਾਨੂੰ ਤੁਸੀਂ ਡੋਨੇਸ਼ਨ ਦੇ ਰਹੇ, ਮੈਂ ਤਾਂ ਹੀ ਕਿਹਾ ਸਾਨੂੰ ਮਾਇਆ ਪੰਜਾਬ, ਸਪੈਸ਼ਲੀ ਪੰਜਾਬ ਦੇ ਜਿਹੜੇ ਅੰਦੋਲਨ ਲੱਗਾ ਆ, ਕੈਸ਼ ਨਾ ਦੇਵੋ ਸਾਨੂੰ ਸਮਾਨ ਦੇਵੋ, ਇਹ ਪਹਿਲਾਂ ਤੋਂ ਕਿਹਾ ਗਿਆ ਸੀਗਾ, ਕੈਸ਼ ਨਾ ਦੇਵੋ ਸਮਾਨ ਦੇਵੋ। ਤਾਂ ਜੇ ਤੁਸੀਂ ਕੈਸ਼ ਡੋਨੇਸ਼ਨ ਦਿੰਦੇ ਹਾਂ, ਬੈਂਕ 'ਚ ਪਾਓ ਪੈਸੇ, ਕਿਸੇ ਨੂੰ ਕੈਸ਼ ਨਾ ਫੜਾਓ, ਜਿੱਥੇ ਵੀ ਤੁਸੀਂ ਬੈਠੇ ਅਮਰੀਕਾ, ਕਨੇਡਾ, ਇੰਡੀਆ 'ਚ, ਪੰਜਾਬ ਦੇ ਵਿੱਚ, UK ਵਿੱਚ, ਤੁਸੀਂ ਸਾਨੂੰ ਵੀ ਨਾ ਕੈਸ਼ ਫੜਾਵੋ, ਅਸੀਂ ਸਾਰਾ ਕੈਸ਼ ਫੜਾਉਣਾ ਭਈ, ਸਾਰਾ ਬੈਂਕ 'ਚ ਜਾਣਾ ਚਾਹੀਦਾ ਪੈਸਾ, ਕਿਉਂਕਿ ਜਿਹੜੀ ਕੈਸ਼ ਹੁੰਦੀ ਆ ਫਿਰ ਉਹਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮ ਆਉਣ ਲੱਗ ਪੈਂਦੀਆਂ, ਉਹਦੇ ਵਿੱਚੋਂ ਕਰਾਪਸ਼ਨ ਸ਼ੁਰੂ ਹੁੰਦੀ ਆ। ਤਾਂ ਜਿਹੜਾ ਵੀ ਹੋਰ ਵੀ ਸਿਸਟਮ ਬਣਾਉਂਦੇ ਹਾਂ ਉਹ ਵੀ ਅਸੀਂ ਫਿਰ ਇੱਦਾਂ ਦੇ ਸਿਸਟਮ ਬਣਾਉਣੇ ਅਸੀਂ ਜਿਹੜੇ ਹੁਣ ਜਿਹੜੇ ਰਿਪੋਰਟਿੰਗ ਦੇ ਹੋਊਗੇ ਵੀ ਦੂਜੀਆਂ ਸੰਸਥਾ ਵੀ ਕਰਨ ਉਹ ਰਿਪੋਰਟਿੰਗ, ਜਿਹੜੀਆਂ ਦੂਜੀਆਂ ਵੀ ਸਿੱਖਾਂ ਦੀਆਂ ਸੰਸਥਾ ਉਹ ਵੀ ਖੁੱਲ੍ਹੇ ਤਰ੍ਹਾਂ ਰਿਪੋਰਟਿੰਗ ਕਰਨ, ਇਹ ਅਸੀਂ ਚਾਹੁੰਦੇ ਭਾਈ ਕੋਈ ਲੁਕੋਵਾ ਨਾ ਹੋਵੇ ਪੈਸੇ ਦਾ। ਸੋ ਹੁਣ ਆ ਜਾਂਦੇ ਇਹਦੇ ਵਿੱਚ ਗੱਲ ਕਿਸਾਨਾਂ ਦੀ ਇਸ ਵੇਲੇ। ਸੋ ਜਦ ਤੱਕ ਕਿਸਾਨਾਂ ਦੇ ਵਿੱਚ ਅੰਦੋਲਨ ਚੱਲ ਰਿਹਾ ਆ ਅਤੇ ਖਾਲਸਾ ਖੜ੍ਹੀ ਰਹੂਗੀ ਨਾਲ, ਪਰ ਅਸੀਂ ਇਹ ਚਾਹੁੰਦੇ ਹਾਂ, ਮੈਂ ਘੜੀ ਪਰਸਨਲੀ ਅਪੀਲ ਕੀਤੀ ਆ ਜਿਹੜੇ ਸਾਡੇ ਕਿਸਾਨ ਲੀਡਰਸ਼ਿਪ ਆ ਵੀ ਤੁਹਾਡੇ ਵਿੱਚ ਜਿਹੜੀ ਯੂਨਿਟੀ ਆ, ਤੁਹਾਡੀ ਏਕਤਾ ਆ, ਜਦ ਤੱਕ ਉਹ ਏਕਤਾ ਚੜ੍ਹਦੀ ਕਲਾ ਆ ਅਤੇ ਤੁਹਾਡਾ ਪ੍ਰੋਗਰਾਮ ਫੇਲ ਨਹੀਂ ਹੋਣਾ। ਤਾਂ ਜੇ ਗੌਰਮੈਂਟ ਜਿਹੜੀ ਮੂਹਰੇ ਹੁਣ ਇਸ ਵੇਲੇ ਆਕੜੀ ਓ ਆ, ਪਰ ਤੁਹਾਨੂੰ ਮੀਟਿੰਗਾਂ ਕਰਦੀ ਆ ਵੀ ਅਸੀਂ ਤੁਹਾਨੂੰ ਆਹ ਦੇਵਾਂਗੇ, ਤੁਹਾਨੂੰ 1.5 ਸਾਲ ਦੇਵਾਂਗੇ, ਜੋ ਦੇਵਾਂਗੇ, ਪੰਜਾਬ ਦੇ ਵਿੱਚੋਂ ਸੰਗਤ ਕਿੰਨੀ ਆ ਜਾਂਦੀ ਆ, ਦਿੱਲੀ ਵਧੋ ਆ ਜਾਂਦੀ ਆ, ਹਰਿਆਣੇ ਵਧੋ ਆ ਜਾਂਦੀ ਆ, ਅਤੇ ਬਿਲਕੁਲ ਜ਼ੋਰ ਆ, ਸਬਰ ਰੱਖੋ ਥੋੜ੍ਹਾ ਜਿਹਾ। ਗੌਰਮੈਂਟ ਦੇ ਵਿੱਚੋਂ ਵੀ ਬਹੁਤ ਚਰਚਾ ਹੋ ਰਹੀ ਆ ਕਿ ਉਹ ਵੀ ਅੰਦਰੋਂ ਕਮਜ਼ੋਰ ਹੋ ਰਹੇ ਆ। ਸੋ ਇਹਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦਿੰਦੇ ਭਾਈ, ਤੁਸੀਂ ਆਪਣਾ ਜਿਹੜਾ ਮਕਸਦ, ਆਪਣਾ ਧਰਮ, ਤੁਹਾਡੀ ਜਿਹੜੀ ਏਮਜ਼ ਆ ਉੱਥੇ ਰੱਖੀਆਂ ਆ। ਸੋ ਮੈਂ ਘੜੀ ਇਹੀ ਕਹੂੰਗਾ, ਏਕਤਾ ਤੁਹਾਡਾ ਇੱਕ ਤਾਕਤ ਆ, ਏਕਤਾ ਇੱਕ ਤਾਕਤ ਹੁੰਦੀ ਆ ਜਿਹੜੀ ਕੋਈ ਵੀ ਤੁਹਾਨੂੰ ਹਰਾ ਨਹੀਂ ਸਕਦਾ। ਜਦੋਂ ਏਕਤਾ ਦੇ ਵਿੱਚ ਫੁੱਟ ਪੈਣ ਲੱਗ ਪਈ ਉਦੋਂ ਤੁਹਾਡੀ ਹਾਰ ਸ਼ੁਰੂ ਹੋਣ ਲੱਗ ਪੈਣੀ। ਸੋ ਏਕਤਾ ਰੱਖੋ, ਤਕੜੇ ਰਹੋ, ਪੰਜਾਬ ਦੀ ਜਿਹੜੀ ਸੰਗਤ ਆ ਅਸੀਂ ਉਹਨੂੰ ਅਪੀਲ ਕਰਦੇ ਹਾਂ, ਤੁਸੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ 10 ਬੰਦੇ ਵਾਪਸ ਆਉਂਦੇ ਅੰਦੋਲਨ ਤੋਂ, ਤੁਸੀਂ 10-15 ਹੋਰ ਇੱਕਦਮ ਭੇਜੋ, ਉੱਥੇ ਇੱਦਾਂ ਲੱਗੇ ਪਈ ਥੋੜ੍ਹੀ ਸੰਗਤ ਹੋਣ ਲੱਗ ਪਈ ਆ। ਸੋ ਪੰਜਾਬ ਦੀ ਜਿਹੜੀ ਸੰਗਤ ਆ, ਤੁਸੀਂ, ਮੈਂ ਤੁਹਾਨੂੰ ਅਪੀਲ ਕਰ ਸਕਦਾ, ਮੈਨੂੰ ਹਰਿਆਣੇ ਵਾਲੇ ਘੱਟ ਹੀ ਜਾਣਦੇ ਆ, ਜਿੱਥੇ ਵੀ ਹੈਗੇ ਆ, ਜਿੰਨੀਆਂ ਟਰੋਲੀਆਂ ਆ ਰਹੀਆਂ
ਉਨੀਆਂ ਵਾਪਸ ਜਾਣੀਆਂ ਚਾਹੀਦੀਆਂ ਆ। ਫਿਰ ਇਹਦੇ ਵਿੱਚ ਇਹ ਨਾ ਫਰਕ ਲੱਗਣ ਲੱਗ ਪਏ ਭਾਈ ਥੋੜ੍ਹੇ ਬੰਦੇ ਘੱਟ ਹੋਣ ਲੱਗ ਪਏ। ਜਦੋਂ ਇਹ ਫਰਕ ਪੈਣ ਲੱਗ ਪਿਆ ਸਰਕਾਰ ਨੇ ਕਹਿਣਾ ਹੁਣ ਸਾਡੀ ਕੋਈ ਗੱਲ ਕਰਨ ਦੀ ਲੋੜ ਨਹੀਂ ਕਿਉਂਕਿ ਅੰਦੋਲਨ ਹੁਣ ਮਾੜਾ ਜਿਹਾ ਹਲਕਾ ਹੋਣ ਲੱਗ ਪਿਆ। ਇਹ ਤੁਸੀਂ ਨਹੀਂ ਹੋਣ ਦੇਣਾ, ਤੁਸੀਂ ਜਿਹੜੇ ਵੀ ਮੋਹਰੇ ਲੀਡਰਸ਼ਿਪ ਆ ਉਹਨੂੰ ਫੁੱਲ ਸਪੋਰਟ ਦੇਵੋ। ਅਤੇ ਅਸੀਂ ਅਪੀਲ ਕੀਤੀ ਲੀਡਰਸ਼ਿਪ ਨੂੰ ਏਕਤਾ ਦੀ, ਅਤੇ ਪਿੱਛੇ ਤੁਸੀਂ ਬਿਲਕੁਲ ਖੜ੍ਹੇ ਆ। ਇਹ ਜੇ ਦੋ ਚੀਜ਼ਾਂ ਰਹਿਣ, ਏਕਤਾ ਰਹੇ ਕਿਸਾਨ ਲੀਡਰਾਂ ਦੀ, ਅਤੇ ਦੂਜੇ ਪਾਸੇ ਤੁਹਾਡਾ ਪਿੱਛੇ ਜ਼ੋਰ ਰਹੇ। ਇੱਕ ਟਰੋਲੀ ਗਈ ਆ, ਘੱਟ ਤੋਂ ਘੱਟ ਇੱਕ ਟਰੋਲੀ ਵਾਪਸ ਗਈ ਆ, ਅਤੇ ਇੱਦਾਂ ਲੱਗੇ ਭਈ ਅੰਦੋਲਨ ਹਲਕਾ ਹੋ ਗਿਆ, ਭਈ ਸੰਗਤ ਚਲੀ ਜਾਂਦੀ ਆ। ਇਹ ਦੋ ਚੀਜ਼ਾਂ ਕਰਕੇ ਫੇਲ ਨਹੀਂ ਹੋਣਾ। ਮਹੀਨੇ ਵਿੱਚ ਸਾਨੂੰ ਗੌਰਮੈਂਟ ਜੋ ਤੁਹਾਨੂੰ ਚਾਹੀਦਾ ਦੇ ਦੇਵੇਗੀ, ਕਿਉਂਕਿ ਉਹ ਦੇਖਦੇ ਭਈ ਇੱਕ ਨੰਬਰ ਆ ਵੀ ਫੁੱਟ ਪੈ ਜਾਵੇ, ਦੂਜੀ ਗੱਲ ਆ ਜਿਹੜਾ ਅੰਦੋਲਨ ਆ ਉਹ 'ਚ ਸੰਗਤ ਘੱਟ ਹੋ ਜਾਵੇ, ਫਿਰ ਸੰਗਤ ਫਿਰ ਕਹਿ ਸਕਦੀ ਲੀਡਰਾਂ ਨੂੰ ਗੌਰਮੈਂਟ ਦੇਖੋ ਤੁਹਾਡੇ ਅੰਦੋਲਨ ਦਾ ਹੁਣ ਸੰਗਤ ਘੱਟ ਹੋ ਗਈ ਆ, ਹੁਣ ਸਾਨੂੰ ਤੁਹਾਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਗੀ, ਹੌਲੀ ਹੌਲੀ ਸਾਰੀ ਵਾਪਸ ਚੱਲ ਜਾਣਾ, ਸੰਗਤ ਨੇ ਵਾਪਸ ਚੱਲ ਜਾਣਾ। ਸੋ ਪੰਜਾਬ ਦੀ ਸੰਗਤ ਨੂੰ ਇਹ ਮੇਰੀ ਬੇਨਤੀ ਆ, ਤੁਸੀਂ ਡਟ ਕੇ ਜਾਈ ਜਾਓ, ਜਿੰਨੇ ਆਉਂਦੇ ਉਨੇ ਵਾਪਸ ਅੰਦੋਲਨ 'ਤੇ ਹੋਣੇ ਚਾਹੀਦੇ ਆ, ਪਿੰਡਾਂ ਤੋਂ ਪਿੰਡ। ਜੇ ਪਿੰਡਾਂ ਨੂੰ ਕੋਈ ਮੁਸ਼ਕਿਲ ਆ, ਸਾਡੇ ਵੱਲੋਂ ਅਸੀਂ ਕੁਛ ਕਰ ਸਕਦੇ ਹਾਂ, ਸਾਨੂੰ ਕੋਂਟੈਕਟ ਕਰੋ। ਖਾਲਸਾ ਏਡ ਨੂੰ ਸਾਡੀ ਇੰਡੀਆ ਟੀਮ ਆ, ਅਮਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਕਰ ਰਹੇ ਆ, ਸਾਡੀ UK ਵਿੱਚ ਟੀਮ ਆ, ਤੁਹਾਡੀ ਅਸੀਂ ਮਦਦ ਕਰਾਂਗੇ। ਅਮਰਪ੍ਰੀਤ ਸਿੰਘ ਨੇ ਪਟਿਆਲੇ ਆਫਿਸ ਜਲੰਧਰ, ਅਤੇ ਹੋਰ ਵੀ ਟੀਮਾਂ ਹੈਗੀਆਂ ਜਿਹੜੀਆਂ ਕੋਂਟੈਕਟ ਕਰ ਸਕਦੇ ਹਾਂ। ਦੱਸੋ ਤੁਹਾਨੂੰ ਕੀ ਲੋੜ ਆ, ਸਪੈਸ਼ਲੀ ਜੇ ਉੱਥੇ ਖੇਤੀਬਾੜੀ ਵਿੱਚ ਕੋਈ ਪ੍ਰੋਬਲਮ ਆ ਜਾਂ ਕੋਈ ਹੋਰ ਚੀਜ਼ ਚਾਹੀਦੀ ਪਿੰਡਾਂ ਦੇ ਵਿੱਚ। ਜਦ ਤੱਕ ਕਿਸਾਨ ਮੂਹਰੇ ਸੰਘਰਸ਼ ਕਰ ਰਹੇ ਆ, ਅਸੀਂ ਤੁਹਾਡੀ ਕੋਸ਼ਿਸ਼ ਕਰਾਂਗੇ ਇਨਸਾਨੀਅਤ ਤੌਰ 'ਤੇ ਮਦਦ ਕਰਨ ਦੀ। ਪਰ ਇਹ ਜਿਹੜਾ ਅੰਦੋਲਨ ਆ, ਬਿਲਕੁਲ ਜਿਹੜਾ ਮੋਰਚਾ ਇਹ ਫਤਿਹ ਹੋ ਜਾਣਾ ਜੇ ਕਿਸਾਨ ਲੀਡਰ ਯੂਨਿਟੀ ਰੱਖਣ, ਉੱਧਰੋਂ ਸੰਗਤ ਬਿਲਕੁਲ ਡਟ ਕੇ ਉਹੀ ਨੰਬਰ ਜਿਹੜੇ ਆ ਘੱਟ ਨਾ ਹੋਣ ਦੇਣ, ਵਧੀ ਜਾਓ। ਜੇ 10 ਐਕਸਟਰਾ ਆ ਗਏ, 100 ਐਕਸਟਰਾ ਆ ਗਏ, ਵਾਧੂ ਆ ਗਏ, ਅੰਦੋਲਨ ਹਲਕਾ ਨਾ ਲੱਗੇ। ਬਿਲਕੁਲ ਇੱਦਾਂ ਲੱਗੇ ਭਈ ਅਸੀਂ ਤਾਂ 2 ਸਾਲ ਦੇ ਆਉਣ ਨੂੰ ਤਿਆਰ ਹਾਂ, 20 ਸਾਲ ਆਉਣ ਨੂੰ ਤਿਆਰ ਹਾਂ, ਕਿਉਂਕਿ ਪਿੱਛੇ ਨਹੀਂ ਹਟਣਾ। ਕਈ ਵਾਰੀ ਜਦੋਂ ਅੰਦੋਲਨ ਇੱਦਾਂ ਹੁੰਦੇ, ਮੋਰਚੇ ਹੁੰਦੇ ਆ, ਜਿਹੜੇ ਨੰਬਰ ਘੱਟ ਹੋਣ ਲੱਗ ਪੈਂਦੇ, ਤਾਂ ਫਿਰ ਗੌਰਮੈਂਟ ਨੇ ਕਹਿਣਾ ਹੁਣ ਚਲੋ ਜੀ, ਹੁਣ ਤਾਂ ਕੋਈ ਸਾਡੀ ਲੋੜ ਨਹੀਂ ਗੀ ਇੱਥੇ ਨੈਗੋਸ਼ੀਏਟ ਕਰਨ ਦੀ। ਉਹ ਨੈਗੋਸ਼ੀਏਟ ਤਾਂ ਹੀ ਮੀਟਿੰਗਾਂ ਕਰਦੇ ਆ, ਉਹ ਚਾਹੁੰਦੇ ਆ ਇਹਦਾ ਹੱਲ, ਸਰਕਾਰ ਇਹਦਾ ਹੱਲ ਚਾਹੁੰਦੀ ਆ, ਨਹੀਂ ਤਾਂ ਮੀਟਿੰਗ ਕਰਨਾ ਚਾਹੁੰਦੀ ਸੀਗੀ। ਮੀਟਿੰਗਾਂ ਨਹੀਂ ਕਰੂਗੀ, ਮੀਟਿੰਗਾਂ ਦੇ ਵਿੱਚ ਉਹ ਟੈਸਟ ਕਰ ਰਿਹਾ ਇਸ ਵੇਲੇ ਕਿਸਾਨਾਂ ਨੂੰ, ਭਈ ਅਸੀਂ ਇਹਨਾਂ ਨੂੰ ਕਿੱਦਾਂ ਕਰਨਾ, ਕਿੱਦਾਂ ਨਹੀਂ ਕਰਨਾ। ਜਿਹੜੇ ਹੁਣ ਜਿਹੜੇ ਐੱਨ ਆਈ ਏ ਦੇ ਨੋਟਿਸ ਜਿਹੜੇ ਆਏ ਆ ਗੌਰਮੈਂਟ ਤੋਂ 40 ਇੰਡੀਵਿਜੂਅਲ ਅਤੇ ਜਥੇਬੰਦੀਆਂ ਨੂੰ, ਇਹਦੇ ਵਿੱਚ ਖਾਲਸਾ ਏਡ ਨੂੰ ਵੀ ਆਏ ਆ, ਉਹ ਬਿਲਕੁਲ ਡਰਾਉਣ ਨੂੰ ਆਏ ਆ ਭਈ ਉਹ ਕਹਿ ਸਕਦੇ ਮਗਰੋਂ, ਲਓ ਜੀ ਤੁਸੀਂ ਆਹ ਗੱਲ ਨਾ ਕਰੋ, ਅਸੀਂ ਫਿਰ ਐੱਨ ਆਈ ਦੇ ਨੋਟਿਸ ਪਿੱਛੇ ਕਰ ਦਿੰਦੇ ਹਾਂ। ਉਹ ਜਾਣ ਕੇ ਸਾਰੀ ਗੇਮਾਂ ਆ, ਕਿਉਂਕਿ ਜਿਹਨੇ ਕੋਈ ਗਲਤ ਨਹੀਂ ਕੰਮ ਕੀਤਾ ਉਹਦੇ ਉੱਪਰ ਕੀ ਝੂਠੇ ਇਲਜ਼ਾਮ, ਕਿੰਨੇ ਝੂਠੇ ਇਲਜ਼ਾਮ ਲਾ ਲੂਗੇ। ਸਾਨੂੰ ਪਤਾ ਭਈ ਪਹਿਲਾਂ ਵੀ ਇੱਦਾਂ ਹੋਏ ਆ ਖਾਲਸਾ ਏਡ ਦੇ ਉੱਪਰ, ਇਹ ਪਹਿਲੀ ਵਾਰੀ ਆ ਨਹੀਂ, ਪਹਿਲੀ ਵਾਰੀ ਇਹ ਨਹੀਂ ਹੋਇਆ ਐੱਨ ਆਈ ਦਾ, ਪਹਿਲਾਂ ਹੋਇਆ ਸੀ 2012 ਵਿੱਚ। ਉਦੋਂ ਦੀਆਂ ਸਾਨੂੰ ਧਮਕੀਆਂ, ਪਰਸਨਲੀ ਮੈਨੂੰ ਧਮਕੀਆਂ ਮਿਲਦੀਆਂ ਰਹਿੰਦੀਆਂ, ਜਾਂ ਸਾਡੇ ਟੀਮਾਂ ਨੂੰ ਭਈ ਤੁਹਾਡੇ ਖਿਲਾਫ ਉੱਥੇ ਐੱਨ ਆਈ ਦੇ ਰਜਿਸਟ੍ਰੇਸ਼ਨ ਕੀਤਾ ਆ, ਤੁਹਾਨੂੰ ਅੱਤਵਾਦ ਲਿਖਿਆ 2000, ਜਦੋਂ ਮਰਜ਼ੀ ਤੁਹਾਨੂੰ, ਜਦੋਂ ਤੁਸੀਂ ਪੰਜਾਬ ਆਉਂਦੇ ਤੁਹਾਨੂੰ ਚੱਕ ਸਕਦੇ ਆ, ਅਤੇ ਮੈਂ ਤਾਂ ਪੰਜਾਬ ਆਉਂਦਾ ਰਹਿੰਦਾ, ਚੱਕਣਾ ਚੱਕ ਲਓ। ਉਹੀ ਗੱਲ ਆ ਭਈ ਉਹ ਤੁਸੀਂ ਕਿੰਨੇ ਬੰਦੇ ਨੂੰ ਡਰਾ ਦੋਗੇ, ਸਾਡੇ ਵਰਗੇ ਢੀਠ ਬੰਦੇ ਨਹੀਂ ਡਰਦੇ, ਕਿੰਨਾ ਚਿਰ ਤੁਸੀਂ ਬੰਦ ਕਰੋਗੇ, 20 ਸਾਲ 10 ਸਾਲ। ਜਿਹੜੀ ਤੁਸੀਂ ਝੂਠੀ ਜਿਹੜਾ ਝੂਠ ਬੋਲਣਾ, ਝੂਠ ਨੂੰ ਤੁਸੀਂ ਬੰਦ ਕਰ ਸਕਦੇ, ਸੱਚ ਨੂੰ ਨਹੀਂ। ਜਿਹੜਾ ਕੋਈ ਸੱਚ ਦੇ ਉੱਤਰ ਆ ਜਾਂ ਕੋਈ ਸੇਵਾ ਕਰਦੇ ਆ, ਜਿਹਦੇ ਉੱਪਰ ਤੁਸੀਂ ਇੱਦਾਂ ਦੇ ਝੂਠੇ ਇਲਜ਼ਾਮ ਲਾਏ ਐੱਨ ਆਈ ਏ ਦੇ ਸਮਨਸ, ਉਹ ਤੁਸੀਂ ਕਿੰਨੇ ਬੰਦੇ ਉੱਪਰ ਲਾ ਦੋਗੇ। ਉਹ ਬੰਦੇ ਨੂੰ ਡਰਾਉਂਦੇ ਆ ਵੀ ਸਾਡੇ ਵਰਗੇ, ਇਹ ਮੈਂ ਉਹੀ ਕਿਹਾ ਵੀ 2012 ਤੋਂ ਸਾਡੇ ਖਿਲਾਫ ਇਹਨਾਂ ਨੇ ਸੰਮਨ ਕੀਤੇ ਹੋ ਆ ਐੱਨ ਆਈ ਏ ਵਾਲਿਆਂ ਨੇ, ਵੀ ਸਾਨੂੰ ਕੰਟਰੋਲ ਕਰਨ ਨੂੰ, ਸਾਨੂੰ ਝੁਕਾਉਣ ਨੂੰ, ਵੀ ਇਹ ਝੁੱਕ ਜਾਊਗੇ, ਇਹ ਨਾ ਗੱਲ ਕਰੂਗੇ ਇੰਟਰਨੈਟ 'ਤੇ, ਇਹ ਇਹ 84 ਦੀ ਗੱਲ ਨਹੀਂ ਕਰੂਗੇ, ਇਹ ਝੂਠੇ ਮੁਕਾਬਲਿਆਂ ਦੀ ਗੱਲ ਨਹੀਂ ਕਰੂਗੇ ਜੇ ਪੰਜਾਬ 'ਚ ਹੋਇਆ ਅਤੇ ਜੋ ਬੇਇਨਸਾਫੀ ਹੋਈ ਆ। ਅਤੇ ਉਹਨੇ ਕੋਸ਼ਿਸ਼ ਕੀਤੀ ਪਰ ਅਸੀਂ ਆਪਣਾ ਮੂੰਹ ਨਹੀਂ ਬੰਦ ਕੀਤਾ, ਮੈਂ ਉਹਨਾਂ ਰਹਿੰਦਾ ਪੰਜਾਬ, ਜਦੋਂ ਜਦ ਤੱਕ ਮੈਨੂੰ ਵੀਜ਼ੇ ਮਿਲ ਜਾਂਦੇ ਮੈਂ ਆਈ ਜਾਣਾ। ਸੋ ਜੇ ਕਹਿੰਦੇ ਫੜਨਾ ਫੜ ਲਓ, ਪਰ ਇਹ ਨਹੀਂ ਕੋਈ ਸਮਝਣਾ ਭਈ ਸਾਡੇ ਵਰਗੇ ਇੱਦਾਂ ਚੀਜ਼ ਨੂੰ ਡਰਦੇ ਆ, ਸਾਨੂੰ ਕੋਈ ਡਰ ਨਹੀਂ ਗਾ, ਸਾਨੂੰ ਇਹੀ ਡਰ ਆ ਭਈ ਜਿਹੜੀ ਸੇਵਾ ਚੱਲਦੀ ਆ ਸੇਵਾ ਫੇਲ ਨਾ ਹੋਵੇ। ਬਾਕੀ ਦੁਨੀਆਂ ਵਿੱਚ ਸਾਰਿਆਂ ਨੂੰ ਆਉਣਾ ਜਾਣਾ ਅਤੇ ਮਰਨਾ ਵੀ ਇੱਕ ਵਾਰੀ ਆ, ਇਹਦੇ 'ਚ ਕੋਈ ਡਰ ਨਹੀਂ ਗਾ। ਸੋ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਕਿਸੇ ਸਰਕਾਰ ਦੇ ਖਿਲਾਫ਼ ਨਹੀਂ, ਕਿਸੇ ਇੰਡੀਵਿਜੁਅਲ ਦੇ ਖਿਲਾਫ਼ ਨਹੀਂ, ਅਸੀਂ ਸਿਸਟਮ ਦੇ ਖਿਲਾਫ਼ ਹਾਂ। ਸਿਸਟਮ ਜਿਹੜੀਆਂ ਸਰਕਾਰਾਂ ਆਉਂਦੀਆਂ
ਉਹ ਹੀ ਸਿਸਟਮ ਫੇਲ ਫੇਸ ਕਰਦੀ ਹਾਂ ਜਿਹੜਾ ਸਿਸਟਮ ਬਹੁਤ ਗਲਤ ਆ। ਇੱਕ ਸਿਸਟਮ ਇੱਦਾਂ ਦਾ ਇੱਥੇ ਦਾ ਇੰਡੀਆ ਦਾ ਬਣਾਇਆ ਆ ਵੀ ਜਿਹੜੇ ਸਰਕਾਰ ਦੇ ਪੋਲੀਟੀਸ਼ਨ ਆ ਉਹ ਐੱਨ ਆਈ ਵਰਗਿਆਂ ਨੂੰ ਜਿਹੜੇ ਐੱਨ ਆਈ ਏ ਸਟਾਫ ਆ ਜਾਂ ਜਾਂ ਜੇ ਇੰਟੈਲੀਜੈਂਸ ਬਿਊਰੋ ਦੇ ਸਟਾਫ ਆ ਉਹ ਵੀ ਸਾਡੇ ਵਰਗੇ ਹੀ ਆ, ਉਹਨਾਂ ਨੂੰ ਵਰਤਦੇ ਆ ਜਿੱਦਾਂ ਕਿ ਹਥਿਆਰ ਬਣਾ ਕੇ। ਹੁਣ ਇੱਥੇ ਯੂਕੇ ਵਿੱਚ ਅਸੀਂ ਹਾਂ, ਸਾਡੀ ਬਹੁਤ ਵੱਡੀ ਇੰਟੈਲੀਜੈਂਸ ਸਰਵਿਸਿਸ ਆ, ਸਾਡੀ ਸਰਕਾਰ ਸਾਨੂੰ ਸਾਡੇ ਖਿਲਾਫ਼ ਨਹੀਂ, ਉਹ ਯੂਜ਼ ਨਹੀਂ ਕਰਦੀ। ਉੱਥੇ ਹਰ ਵਾਰੀ ਧਮਕੀ ਆ, ਸਰਕਾਰ ਆਉਂਦੀ ਆ ਜਿਹੜੀ ਸਰਕਾਰ ਉਹਦੇ ਜੇਬ 'ਚ ਪੁਲਿਸ ਆ, ਜਿਹੜੀ ਸਰਕਾਰ ਆ ਉਹਦੇ ਜੇਬ 'ਚ ਇੰਟੈਲੀਜੈਂਸ ਬਿਊਰੋ ਜਾਂ ਐੱਨ ਆਈ ਏ। ਜਿਹੜੇ ਐੱਨ ਆਈ ਏ ਆ ਜਾਂ ਇੰਟੈਲੀਜੈਂਸ ਬਿਊਰੋ ਵਾਲੇ ਉਹ ਸਾਡੇ ਤੋਂ ਡਿਫਰੈਂਟ ਨਹੀਂ ਗੇ, ਉਹ ਵੀ ਇਨਸਾਨ ਆ, ਉਹਦੇ ਉੱਪਰ ਜ਼ੋਰ ਪਾਇਆ ਜਾਂਦਾ ਵੀ ਇਹਨਾਂ ਨੂੰ ਫੜ ਲਓ, ਇਹਨਾਂ ਉੱਪਰ ਲਾ ਲਓ। ਉਹ ਮੇਰਾ ਖਿਆਲ ਉਹਦੇ ਵਿੱਚੋਂ ਵੀ ਨਹੀਂ ਚਾਹੁੰਦੇ ਹੋਊਗੇ ਵੀ ਸਾਨੂੰ ਤੰਗ ਕਰਨਾ। ਸੋ ਅਸੀਂ ਕਿਸੇ ਇੰਡੀਵਿਜੁਅਲ ਦੇ ਖਿਲਾਫ਼ ਨਹੀਂ, ਕਿਸੇ ਧਰਮ ਦੇ ਖਿਲਾਫ਼ ਨਹੀਂ, ਅਸੀਂ ਬਸ ਇਨਸਾਨੀਅਤ ਤੌਰ 'ਤੇ ਜੋ ਚੀਜ਼ ਮਾੜੀ ਆ ਜੋ ਸਾਡੇ ਉੱਪਰ ਹੋਇਆ ਹਿਊਮਨ ਰਾਈਟਸ ਦੀ ਗੱਲ ਉਹ ਤਾਂ ਅਸੀਂ ਕਰੀ ਜਾਣੀ ਆ। ਸੋ ਜਿਹੜੇ ਇਸ ਵੇਲੇ ਐੱਨ ਆਈ ਏ ਦੇ ਸਮਨ ਹੋਏ ਆ ਉਹਦੇ ਵਿੱਚ ਸਾਨੂੰ ਕੋਈ ਡਰ ਨਹੀਂ ਗਾ, ਕੋਈ ਅਸੀਂ ਗਲਤ ਨਹੀਂ ਕੋਈ ਕੰਮ ਕੀਤਾ, ਅਤੇ ਸਾਡੀ ਇਹੀ ਬੇਨਤੀ ਸਾਰਿਆਂ ਨੂੰ ਆ, ਡਟ ਕੇ ਰਹੋ ਅਤੇ ਇੱਕ ਦੂਜੇ ਦਾ ਸਾਥ ਦੇਵੋ ਅਤੇ ਏਕਤਾ ਰੱਖੋ। ਸਾਰੇ ਜਥੇਬੰਦੀਆਂ ਨੂੰ ਇਹ ਅਪੀਲ ਆ, ਏਕਤਾ ਰੱਖੋ, ਏਕਤਾ ਰੱਖੋਗੇ ਤਾਂ ਤੁਹਾਡੀ ਕੋਈ ਫੇਲ ਨਹੀਂ ਹੋਊਗਾ। ਸੋ ਜੇ ਕਹਿੰਦੇ ਹੋਰ ਕੋਈ ਸਵਾਲ ਜਵਾਬ ਪੁੱਛਣੇ ਉਹ ਅਸੀਂ ਅਗਲੇ ਹਫ਼ਤੇ ਪ੍ਰੋਗਰਾਮ ਕਰਾਂਗੇ ਜਿਹਦੇ ਵਿੱਚ ਸਵਾਲ ਜਵਾਬ ਅਸੀਂ ਕਰ ਸਕਦੇ ਹਾਂ। ਮੈਂ ਹੁਣ ਵੇਟ ਕਰਦਾ ਸੀਗਾ ਇੱਕ ਮੈਸੇਜ ਦੀ ਅਤੇ ਅਨਾਊਂਸ ਕਰਨ ਦੀ ਇੱਕ ਗੱਲ, ਪਰ ਮੇਰਾ ਖਿਆਲ ਮੈਸੇਜ ਨਹੀਂ ਆਇਆ। ਅਸੀਂ ਕਿੱਥੇ ਗਏ, ਨਹੀਂ ਮੈਸੇਜ ਹਾਲੇ ਤੱਕ ਆਇਆ। ਅਸੀਂ ਜ਼ਰੂਰ ਕਰਾਂਗੇ ਇੱਕ ਦੋ ਇੰਟਰਵਿਊ ਹੋਰ ਅੱਜ ਜਾਂ ਮੰਡੇ ਨੂੰ ਰਿਕੋਰਡ ਪੰਜਾਬ ਦੇ ਪੋਲੀਟੀਸ਼ਨਾਂ ਨਾਲ ਅਤੇ ਜਿਹੜੇ ਮੋਹਰੇ ਐਕਟੀਵਿਸਟ ਆ। ਸੋ ਤੁਹਾਡਾ ਸਾਰਿਆਂ ਨੂੰ ਧੰਨਵਾਦ। ਇਹ ਆਪਣੀ ਜਿਹੜੀ ਤੁਹਾਡੀ ਖਾਲਸਾ ਸੰਸਥਾ ਆ, ਚੜ੍ਹਦੀ ਕਲਾ ਆ, ਫਿਕਰ ਨਾ ਕਰੋ। ਅਤੇ ਜਿਹੜੀਆਂ ਬਾਕੀ ਸੰਸਥਾ ਨੂੰ ਜਿਹੜੇ ਇਸ ਵੇਲੇ ਮੋਹਰੇ ਹੋ ਕੇ ਬਹੁਤ ਸੇਵਾ ਕਰ ਰਹੀਆਂ ਅੰਦੋਲਨ ਵਿੱਚ, ਤਹਿ ਦਿਲੋਂ ਧੰਨਵਾਦ। ਸਪੈਸ਼ਲੀ ਨੌਜਵਾਨਾਂ ਦਾ ਜਿਹੜੇ ਦਿਨ ਰਾਤ ਆ ਕੇ ਸੇਵਾ ਕਰਦੇ, ਤੁਸੀਂ ਬਿਲਕੁਲ ਸਾਡੇ ਹੀਰੋ ਆ, ਕਿਸਾਨ ਸਾਡੇ ਹੀਰੋ ਆ, ਡਟ ਕੇ ਲੱਗੇ ਰਹੋ। ਸਾਰੀ ਕੌਮ, ਸਾਰਾ ਪੰਥ ਤੁਹਾਡੇ ਨਾਲ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।